ਗੁਰੂ ਗੋਬਿੰਦ ਸਿੰਘ ਕਾਲਜ, ਜੋ ਕਿ ਮੋੜ ਰਾਮਾ ਮੰਡੀ ਚੌਂਕ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ ਸਥਿਤ ਹੈ। ਇਹ ਕਾਲਜ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਕਾਲਜ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਉਪਲਬਧ ਹੈ। ਸਾਡੀ ਟੀਮ ਨੇ ਕਾਲਜ ਦਾ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। ਮੈਡਮ, ਵਿੱਦਿਆ ਦਾ ਦਾਨੀ ਇਹ ਕਾਲਜ ਜਿਹੜਾ ਕਿ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਔਰ ਇਸ ਇਲਾਕੇ ਦੇ ਬਹੁਤ ਸਾਰੇ ਜਿਹੜੇ ਹੈਗੇ ਆ ਵਿੱਦਿਆ ਦਾ ਦਾਨ ਦੇ ਕੇ ਸਟੂਡੈਂਟਸ ਬਾਹਰ ਵੀ ਜਾ ਚੁੱਕੇ ਨੇ ਔਰ ਇਹ ਕਿੱਤਾ ਮੁਖੀ ਕੋਰਸ ਜਿਹੜੇ ਇਸ ਕਾਲਜ 'ਚ ਨਾਲ ਚੱਲ ਰਹੇ ਨੇ, ਕੀ ਕਹਿਣਾ ਚਾਹੋਗੇ? ਪਵਿੱਤਰ ਧਰਤੀ ਹੈ, ਇੱਥੇ 10ਵੇਂ ਪਾਤਸ਼ਾਹ ਨੇ ਬਹੁਤ ਇਸ ਨੂੰ ਗੁਰੂ ਦੀ ਕਾਂਸ਼ੀ ਦਾ ਵਰਦਾਨ ਦਿੱਤਾ ਹੋਇਆ, ਇਸ ਲਈ ਕਾਲਜ ਕਾਫੀ ਸਮੇਂ ਤੋਂ ਬੱਚਿਆਂ ਨੂੰ ਵਿੱਦਿਆ ਦਾ ਜਿਹੜਾ ਦਾਨ ਹੈ ਉਹ ਦੇ ਰਿਹਾ ਹੈ। ਅਤੇ ਇੱਥੇ ਜਿਹੜੇ ਕੋਰਸਿਸ ਨੇ ਉਹ BSc ਐਗਰੀਕਲਚਰ ਅਤੇ BA ਚੱਲ ਰਹੇ ਨੇ। ਹੋਸਟਲ ਦੀ ਫੈਸਿਲਿਟੀ ਵੀ ਹੈ ਬੱਚਿਆਂ ਦੇ ਰਹਿਣ ਦੀ, ਲੜਕੀਆਂ ਦੀ ਔਰ ਲੜਕਿਆਂ ਦੀ ਦੋਨੋਂ ਵਾਸਤੇ। ਮੈਡਮ, ਐਜ ਫਾਰ ਐਜ ਐਗਰੀਕਲਚਰ ਇਜ਼ ਕੰਸਰਨ, ਜਿੱਦਾਂ ਐਗਰੀਕਲਚਰ ਦੇ ਇੱਥੇ ਕੋਰਸ ਆਪਾਂ ਦੇਖ ਰਹੇ ਹਾਂ, ਅਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਅੱਜ ਜਿਹੜੀ ਇਹ ਲਾਈਨ ਹੈਗੀ ਐਗਰੀਕਲਚਰ ਦੀ, ਜਿਹਦੇ 'ਚ ਬੱਚਿਆਂ ਨੂੰ ਡਾਇਰੈਕਟਲੀ ਜਿਹੜਾ ਹੈਗਾ, ਕਿਉਂਕਿ ਸਾਰੇ ਖੇਤੀਬਾੜੀ ਦੇ ਕਿੱਤੇ ਨਾਲ ਲੋਕ ਤਕਰੀਬਨ ਜੁੜੇ ਆ, ਉਹਦੇ 'ਚ ਉਹਦੇ ਵੀ ਉਸ ਤੋਂ ਬਿਨਾਂ ਵੀ ਫਾਇਦਾ ਹੁੰਦਾ, ਉਹਦੇ ਬਾਰੇ ਕੀ ਕਹਿਣਾ ਚਾਹੋ? ਇਹਦੇ 'ਚ ਇਹ ਹੈ ਜੀ, ਕਿਉਂਕਿ ਬੱਚਿਆਂ ਨੂੰ ਜਿਹੜੀ ਤਕਨੀਕ ਹੈਗੀ ਹੈਗੀ ਖੇਤੀਬਾੜੀ ਦੀ, ਉਹਦੇ 'ਚ ਮਤਲਬ ਜਿਹੜਾ ਵੀ ਕਿੱਤਾ ਅਪਣਾਉਣ ਲਈ ਇਹਨਾਂ ਨੂੰ ਨਵੀਆਂ ਟੈਕਨੀਕ 'ਚ ਦੱਸੀਆਂ ਜਾਂਦੀਆਂ ਨੇ। ਜਿਵੇਂ ਕੋਈ ਵੀ ਕਿੱਤਾ ਹੈਗਾ ਵੀ ਆਪਣੇ ਜਿਵੇਂ ਹੁਣ ਖਰਚ ਕਰੋ ਕਿ ਪੋਲੀ ਹਾਊਸ ਹੈ, ਇਹਦੇ ਬਾਰੇ ਸਾਰਾ ਉਹ ਆਪਣਾ ਨਿਊ ਜਿਹੜਾ ਹੈਗਾ ਕਿੱਤਾ ਅਪਣਾ ਸਕਦੇ ਨੇਗੇ। ਬਾਕੀ ਇਹਦੇ 'ਚੋਂ ਇਹਨਾਂ ਨੂੰ ਆਮਦਨ ਦੇ ਸਾਧਨ ਵੀ ਬਹੁਤ ਹੁੰਦੇ ਨੇ। ਕੋਈ ਵੀ ਬੱਚਾ ਮਤਲਬ ਇਹਦੇ 'ਚ ਐਗਰੀਕਲਚਰ ਕਰਕੇ ਇਹ ਨਹੀਂ ਹੈਗਾ ਕਿ ਕੋਈ ਵਿਹਲਾ ਰਹਿ ਜੂਗਾ। ਔਰ ਇੱਥੋਂ ਦੀ ਮੈਨੇਜਿੰਗ ਕਮੇਟੀ ਜਿਹੜਾ, ਉਹਦਾ ਮਾਇੰਡ ਇਹ ਹੈ ਕਿ ਅਸੀਂ ਵਿੱਦਿਆ ਨੂੰ ਦਾਨ ਦੇ ਰੂਪ 'ਚ ਦੇਣਾ, ਉਹਨੂੰ ਕੋਈ ਕਮਰਸ਼ਲਾਈਜੇਸ਼ਨ ਨਹੀਂ ਕਰਨੀ। ਇਹ ਵੀ ਕਾਰਨ ਹੈ ਕਿ ਜਿਹੜਾ ਇੱਥੋਂ ਦੇ ਸਟੱਡੀ ਹੈਗੀ ਉਹਦਾ ਬਹੁਤ ਵਧੀਆ ਤਰੀਕੇ ਨਾਲ ਪ੍ਰਸਾਰ ਹੋ ਰਿਹਾ। ਹਾਂਜੀ, ਜਿਹੜੇ ਸਾਡੇ ਮਤਲਬ ਡਾਇਰੈਕਟਰ ਨੇ ਹੈਗੇ ਨੇ ਜੀ ਸਰਦਾਰ ਈਸ਼ਰ ਸਿੰਘ ਜੀ, ਮਤਲਬ ਵੀ ਬਹੁਤ ਅੱਛੇ ਨੇ, ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਕਾਲਜ ਨੂੰ ਸਟੈਬਲਿਸ਼ ਕੀਤਾ ਹੋਇਆ ਹੈਗਾ, ਕਾਫੀ ਚੰਗੀ ਤਰ੍ਹਾਂ ਇਹਨਾਂ ਨੂੰ ਚਲਾ ਰਹੇ ਨੇ। ਕੋਈ ਕਿਸੇ 'ਤੇ ਕੋਈ ਮਤਲਬ ਬਰਡਨ ਨਹੀਂ, ਸਾਰਿਆਂ ਨੂੰ ਚੰਗੀ ਤਰ੍ਹਾਂ ਸਟਾਫ ਨੂੰ ਵੀ ਬੱਚੇ ਨੂੰ ਪੂਰਾ ਰਿਲੈਕਸ ਦਿੱਤੀ ਜਾਂਦੀ। ਇੱਥੇ ਅਸੀਂ ਬੱਚਿਆਂ ਨੂੰ ਗਰੋ ਕਰਨ ਵਾਸਤੇ ਉਹਨਾਂ ਨੂੰ ਵੈਲ ਐਜੂਕੇਸ਼ਨ ਪ੍ਰੋਵਾਈਡ ਕਰਦੇ ਹਾਂ, ਇਸ ਵਜ੍ਹਾ ਕਰਕੇ ਸਾਡੇ ਕਾਲਜ ਦਾ ਨਾਮ ਜਿਹੜੇ ਉੱਘੇ ਕਾਲਜਾਂ ਦੇ ਨਾਲ ਰਿਲੇਟਡ ਆ। ਇਸ ਕਰਕੇ ਇਸ ਕਾਲਜ ਦੇ ਵਿੱਚ ਸਾਨੂੰ ਅਸੀਂ ਬੱਚਿਆਂ ਨੂੰ ਇਹ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਹਾਂ, ਪ੍ਰੋਪਰ ਸਾਡੇ ਕੋਲ ਲੈਬਸ ਆ ਜਿਨ੍ਹਾਂ ਤੋਂ ਬੱਚੇ ਅੱਛੀ ਤਰ੍ਹਾਂ ਲਰਨ ਕਰਦੇ ਆ, ਉਹਨਾਂ ਤੋਂ ਔਰਗੈਨਿਕਸ ਅਸੀਂ ਸਾਡੇ ਕੋਲ ਐਗਰੀਕਲਚਰ ਫੀਡ ਆ ਜਿੱਥੇ ਬੱਚੇ ਆਪਣਾ ਹੈਂਡ ਨਾਲ ਖੇਤੀ ਕਰਦੇ ਆ, ਹੈਂਡ ਸਾਰਾ ਬੀਜ ਬਿਜਾਈ ਕਰਦੇ ਆ, ਉੱਥੋਂ ਨਵੇਂ ਬੀਜਾਂ ਦਾ ਪਤਾ ਲੱਗਦਾ ਉਹਨਾਂ ਨੂੰ ਕਿਵੇਂ ਗਰੋ ਕਰਨਾ। ਬਾਕੀ ਇਹ ਕਿ ਐਗਰੀਕਲਚਰ ਕੋਰਸ ਅਸੀਂ ਇਸ ਕਰਕੇ ਸ਼ੁਰੂ ਕੀਤਾ ਕਿਉਂਕਿ ਸਾਡਾ ਜਿਹੜੀ ਆ ਏਰੀਆ ਵਾ ਜਿਹੜਾ ਉਹ ਆ ਐਗਰੀਕਲਚਰ ਨਾਲ ਰਿਲੇਟਡ ਆ, ਇਸ ਕਰਕੇ ਅਸੀਂ ਇੱਥੇ ਬੱਚਿਆਂ ਨੂੰ ਐਗਰੀਕਲਚਰ ਕੋਰਸ ਨੂੰ ਜ਼ਿਆਦਾ ਪ੍ਰੈਫਰ ਕਰਨਾ ਅੱਛਾ ਸਮਝਿਆ। ਮੈਡਮ, ਐਗਰੀਕਲਚਰ ਦਾ ਜਿੱਥੋਂ ਤੱਕ ਕੰਸਰਨ ਹੈ, ਇਹ ਇੱਕ ਪ੍ਰੈਕਟੀਕਲ 'ਚ ਤੁਸੀਂ ਜ਼ਿਆਦਾ ਵਿਸ਼ਵਾਸ ਰੱਖਦੇ ਹੋ ਔਰ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ
ਸਟੱਡੀ ਦੇ ਨਾਲ ਨਾਲ ਪ੍ਰੈਕਟੀਕਲੀ ਇੰਨੀ ਜ਼ਿਆਦਾ ਤੁਸੀਂ ਪਰਿਪੱਕ ਕਰ ਦਿੰਦੇ ਹੋ ਕਿ ਉਹਨਾਂ ਨੂੰ ਆਪਣੇ ਫੀਲਡ ਦੇ ਵਿੱਚ ਵੀ ਉਹ ਆਪਣੀ ਜ਼ਿੰਦਗੀ ਦਾ ਨਿਰਵਾਹ ਕਰ ਸਕਦੇ ਉਸ ਬਾਰੇ। ਹਾਂਜੀ ਸਰ, ਦੇਖੋ ਜੇ ਬੱਚੇ ਨੂੰ ਅਸੀਂ ਥਿਊਰੀ ਦੀ ਇਕੱਲਾ ਕਰਾਂਗੇ ਤਾਂ ਬੱਚੇ ਥਿਊਰੀ 'ਚ ਤੁਸੀਂ ਉਹ ਕੋਈ ਵੀ ਕਾਮਯਾਬ ਨਹੀਂ। ਇਹ ਹੈਗੀ ਕਿ ਟ੍ਰਾਇਲ ਐਂਡ ਐਰਰ ਥਿਊਰੀ, ਜੇ ਤੁਸੀਂ ਕੁਛ ਸਿੱਖੋਗੇ ਤਾਂ ਤੁਸੀਂ ਹੱਥੀ ਕੰਮ ਕਰਕੇ ਜੇ ਸਿੱਖੋਗੇ ਤਾਂ ਤੁਸੀਂ ਵਧੀਆ ਕੰਮ ਕਰ ਪਾਓਗੇ। ਇਸ ਕਰਕੇ ਸਾਡਾ ਜਿਹੜਾ ਏਰੀਆ ਹੈ ਐਗਰੀਕਲਚਰ ਨਾਲ ਰਿਲੇਟਡ ਆ, ਸੋ ਦੈਟਸ ਵਾਈ ਅਸੀਂ ਇਹਨਾਂ ਬੱਚਿਆਂ ਨੂੰ ਐਗਰੀਕਲਚਰ ਖੇਤਾਂ 'ਚ ਵੀ ਕੰਮ ਕਰਨਾ, ਆਪਦੇ ਖੇਤਾਂ 'ਚ ਵੀ ਜਾ ਕੇ ਸਾਰਾ ਕੰਮ ਨਿਭਾ ਸਕਦੇ ਆ, ਆਪਦੇ ਪੇਰੈਂਟਸ ਦੀ ਹੈਲਪ ਕਰ ਸਕਦੇ ਆ। ਜਿਹੜਾ ਕਿ ਐਗਰੀਕਲਚਰ ਇੱਕ ਇਹੋ ਜਿਹਾ ਫੀਲਡ ਆ ਜਿਹਦੇ ਵਿੱਚ ਇਹ ਬਹੁਤ ਹੀ ਲਾਈਨਾਂ ਨੇ, ਇਹਦੇ ਵਿੱਚ ਜਿਵੇਂ ਬੱਚਿਆਂ ਨੂੰ ਗਵਰਨਮੈਂਟ ਜੋਬਸ ਐਜ਼ ਏ ਟੀਚਿੰਗ ਜੋਬ ਕਰ ਸਕਦੇ ਨਾ, ਫਿਰ ਆਪਦੇ ਖੇਤਾਂ 'ਚ ਆਪਦੇ ਪੇਰੈਂਟਸ ਦੀ ਹੈਲਪ ਕਰ ਸਕਦੇ ਆ। ਜਿੱਦਾਂ ਕਿ ਬੱਚੇ ਫੋਰਨ ਜਾ ਕੇ ਅੱਜ ਕੱਲ੍ਹ ਗ੍ਰੀਨ ਹਾਊਸ ਕਿੰਨੇ ਚੱਲ ਰਹੇ ਨਾ, ਉੱਥੇ ਵੀ ਆਪਦਾ ਕੰਮ ਕਰਕੇ ਉੱਥੇ ਵੀ ਆਪਦੇ ਆਪ ਨੂੰ ਸੈਟਲਡ ਕਰ ਸਕਦੇ। ਇੱਥੇ ਜੀ ਇਸ ਦਾ ਕਾਰਨ ਸਾਡੀ ਮੈਨੇਜਮੈਂਟ ਕਮੇਟੀ ਦਾ ਹੈਗਾ, ਡਾਇਰੈਕਟਰ ਸਰ ਦਾ ਹੈਗਾ, ਕਿਉਂਕਿ ਉਹ ਸਾਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਾਉਂਦੇ ਨੇ। ਜਿਹੜੀ ਵੀ ਚੀਜ਼ ਅਸੀਂ ਕਹਿੰਦੇ ਹਾਂ, ਜਿਵੇਂ ਲਾਇਬ੍ਰੇਰੀ 'ਚ ਲਾ ਲਓ, ਬੁੱਕਸ ਵਗੈਰਾ ਜਿਹੜੀਆਂ ਵੀ ਅਸੀਂ ਕਹਿੰਦੇ ਹਾਂ, ਨਿਊ ਸੈਸ਼ਨ 'ਚ ਜੋ ਵੀ ਹੁੰਦੀਆਂ, ਸਾਰੀਆਂ ਸਾਨੂੰ ਉਸੇ ਟਾਈਮ ਲਿਆ ਕੇ ਦਿੱਤੀਆਂ ਜਾਂਦੀਆਂ। ਲੈਬਸ ਦਾ ਸਮਾਨ ਹੈ ਜਿਹੜਾ ਸਾਰਾ, ਉਹ ਵੀ ਸਾਨੂੰ ਉਸੇ ਟਾਈਮ ਲਿਆ ਕੇ ਦਿੱਤਾ ਜਾਂਦਾ ਗਾ। ਸਾਰੀ ਫੈਸਿਲਿਟੀ ਹੈ ਜਿਹੜੀ ਉਹ ਸਾਨੂੰ ਪ੍ਰੋਵਾਈਡ ਕਰਵਾਈ ਜਾਂਦੀ, ਸਮੇਂ ਸਿਰ ਸਾਰੇ ਚੀਜ਼ ਪ੍ਰੋਵਾਈਡ ਕਰਵਾਉਂਦੇ। ਸਾਡੇ ਸਾਰੇ ਟੀਚਰਾਂ 'ਚ ਆਪਸ ਦੇ ਵਿੱਚ ਬਹੁਤ ਵਧੀਆ ਬੌਂਡਿੰਗ ਹੈਗੀ, ਆਪਸ ਦੇ ਵਿੱਚ ਜੋ ਅਸੀਂ ਮਤਲਬ ਇੱਕ ਦੂਜੇ ਨੂੰ ਅੰਡਰਸਟੈਂਡਿੰਗ ਵਧੀਆ ਕਰਦੇ ਹਾਂ। ਇਹੀ ਜੀ ਕੋਈ ਗੱਲ ਨਹੀਂ ਵੀ ਨਹੀਂ, ਜ਼ਿਆਦਾਤਰ ਕਾਲਜ ਵਗੈਰਾ ਸਕੂਲਾਂ ਦੇ ਵਿੱਚ ਮਤਲਬ ਆਪਾਂ ਕਹਿੰਦੇ ਰਾਜਨੀਤੀ ਵੀ ਚੱਲਦੀ ਹੈਗੀ, ਬਟ ਸਾਡੇ ਇੱਥੇ ਇੱਦਾਂ ਦਾ ਕੁਛ ਨਹੀਂ ਹੈਗਾ, ਕਿਉਂਕਿ ਸਾਡੇ 'ਚ ਕੋਆਪਰੇਸ਼ਨ ਕਾਫੀ ਜ਼ਿਆਦਾ। ਅਤੇ ਬੱਚਿਆਂ ਦੀ ਹਾਂਜੀ ਆਲਰਾਊਂਡ ਡਿਵੈਲਪਮੈਂਟ ਹੈ, ਬੱਚੇ ਕਾਫੀ ਚੀਜ਼ਾਂ 'ਚ ਪਾਰਟੀਸਪੇਟ ਕਰਦੇ ਨੇ, ਜਿਵੇਂ ਖੇਡਾਂ ਵਗੈਰਾ ਦੇ ਵਿੱਚ ਵੀ ਪਾਰਟੀਸਪੇਟ ਕਰਦੇ ਨੇ। ਅਤੇ ਸਾਡਾ ਇੱਕ ਬੱਚਾ ਹੈਗਾ ਜੋ ਰਨਿੰਗ ਦੇ ਵਿੱਚ ਰੇਸਿੰਗ ਦੇ ਵਿੱਚ ਵੀ ਇਸ ਵਾਰ ਉਹਨੇ ਕੁਝ ਪ੍ਰਾਈਜ਼ ਜਿੱਤਿਆ ਹੈਗਾ, ਔਰ ਜੋ ਹੈਗੇ ਹੈਗੇ ਸੱਭਿਆਚਾਰਕ ਐਕਟੀਵਿਟੀਜ਼ ਉਹਨਾਂ ਦੇ ਵਿੱਚ ਵੀ ਕਾਫੀ ਪਾਰਟੀਸਪੇਟ ਕਰਦੇ ਨੇ। ਜਿਵੇਂ ਉਹਨੂੰ ਪਿੱਛੇ ਅਸੀਂ ਜੋ ਤੀਆਂ ਦਾ ਪ੍ਰੋਗਰਾਮ ਸੀਗਾ ਉਹ ਵੀ ਕਰਵਾਇਆ ਸੀਗਾ ਦੋਨੋਂ ਕਾਲਜ ਨੇ, ਨਰਸਿੰਗ ਕਾਲਜ ਔਰ ਜੋ BSc ਐਗਰੀਕਲਚਰ ਔਰ ਜੋ ਨਾਲ BA ਚੱਲ ਰਿਹਾ ਹੈਗਾ ਇੱਥੇ ਕੋਰਸ, ਉਹਨਾਂ ਸਾਰਿਆਂ ਨੇ ਮਿਲ ਕੇ ਹੀ ਉੱਥੇ ਜੋ ਤੀਆਂ ਦਾ ਪ੍ਰੋਗਰਾਮ ਸੀਗਾ ਉਹ ਵਧੀਆ ਔਰਗਨਾਈਜ਼ ਕੀਤਾ ਸੀ। ਸਰ ਐਕਚੁਲੀ ਅਸੀਂ ਜਿਹੜੇ ਬੱਚਿਆਂ ਦੇ ਕਹਿੰਦੇ ਥਿਊਰੀ 'ਤੇ ਬੇਸ ਨਹੀਂ ਕਰਦੇ, ਥਿਊਰੀ 'ਤੇ ਫੋਕਸ ਕਰਨ ਦੀ ਲਾਏ ਅਸੀਂ ਐਕਸਟਰਾ ਕੈਰੀਕੁਲਰ ਐਕਟੀਵਿਟੀਜ਼ ਨੂੰ ਵੀ ਇਨਕਲੂਡ ਕਰਨਾ ਚਾਹੁੰਦੇ ਹਾਂ। ਅਸੀਂ ਹਰੇਕ ਚੀਜ਼ ਦੇ ਹਰੇਕ ਸਕਿੱਲ ਨੂੰ ਪ੍ਰਮੋਟ ਕਰਨ ਦੀ ਟਰਾਈ ਕਰਦੇ ਹਾਂ। ਸੋ ਇਸ ਲਈ ਅਸੀਂ ਸਾਰਾ ਇਨਵਾਇਰਮੈਂਟ ਸਾਰਾ ਗਰਾਊਂਡ ਇਸ ਤਰ੍ਹਾਂ ਪ੍ਰੋਵਾਈਡ ਕੀਤਾ ਗਿਆ ਕਿ ਬੱਚਿਆਂ ਨੂੰ ਇਨਡੋਰ ਪਲੱਸ ਆਊਟਡੋਰ ਗੇਮਸ ਵੀ ਅਸੀਂ ਪ੍ਰੋਵਾਈਡ ਕਰ ਸਕੀਏ, ਔਰ ਪਲੱਸ ਬੱਚਿਆਂ ਨੂੰ ਥਰੈਟੀਕਲ ਦੇ ਨਾਲ ਨਾਲ ਪ੍ਰੈਕਟੀਕਲ ਵਰਕ ਵੀ ਇੰਪਰੂਵ ਕਰਦੇ ਹਾਂ, ਉਹਨਾਂ ਨੂੰ ਪ੍ਰਮੋਟ ਕਰਦੇ ਹਾਂ, ਪਲੱਸ ਕੀ ਨਾਲ ਕਲਚਰਲ ਐਕਟੀਵਿਟੀਜ਼ ਵਗੈਰਾ ਵੀ ਕਰਵਾਉਂਦੇ ਹਾਂ। ਸੋ ਬੱਚੇ ਦਾ ਓਵਰਆਲ ਡਿਵੈਲਪਮੈਂਟ ਨੂੰ ਅਸੀਂ ਮੇਨ ਫੋਕਸ ਕਰਦੇ ਹਾਂ। ਬਹੁਤ ਜ਼ਿਆਦਾ ਮਾਣ ਹੈ ਵੀ ਅਸੀਂ ਗੁਰੂ ਦੀ ਨਗਰੀ ਦੇ ਧਰਤੀ ਦੇ ਉੱਪਰ ਜਿੱਥੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ, ਉਸ ਧਰਤੀ ਤੋਂ ਪਹਿਲਾਂ ਅਸੀਂ ਆਪ ਖੁਦ ਵਿੱਦਿਆ ਲਈ, ਉਸੇ ਧਰਤੀ 'ਤੇ ਅਸੀਂ ਹੁਣ ਬੱਚਿਆਂ ਨੂੰ ਵਿੱਦਿਆ ਦੇ ਰਹੇ ਹਾਂ। ਨੈਤਿਕ ਪੱਖੋਂ, ਸਮਾਜਿਕ ਪੱਖੋਂ, ਸਮਾਜ ਦੇ ਵਿੱਚ ਹੋ ਰਹੀਆਂ ਬੁਰਾਈਆਂ ਨੂੰ ਦੇ ਵੀ ਮਤਲਬ ਪੱਖੋਂ ਅਸੀਂ ਹਰ ਇੱਕ ਬੱਚਿਆਂ ਨੂੰ ਸਟੂਡੈਂਟ ਨੂੰ ਸੁਚੇਤ ਕਰਦੇ ਹਾਂ। ਬੱਚੇ ਵੀ ਸਾਡੇ ਬਹੁਤ ਜ਼ਿਆਦਾ ਕੋਆਪਰੇਟਿਵ ਨੇ, ਬਹੁਤ ਜ਼ਿਆਦਾ ਸਹਿਯੋਗ ਦਿੰਦੇ ਨੇ। ਕੋਈ ਅੱਜ ਤੱਕ ਸਾਡੇ ਕਾਲਜ ਦੇ ਵਿੱਚ ਨਾ ਕੋਈ ਧਰਨਾ ਨਾ ਕੋਈ ਪ੍ਰਦਰਸ਼ਨ ਕੋਈ ਇਹੋ ਜਿਹਾ ਐਕਸ਼ਨ ਨਹੀਂ ਕੀਤਾ ਗਿਆ। ਸਾਡਾ ਕਾਲਜ ਬਹੁਤ ਵਧੀਆ, ਸਾਡੇ ਮੈਮ ਪ੍ਰਿੰਸੀਪਲ ਮੈਮ ਸਤਿਕਾਰਯੋਗ ਗੁਰਪ੍ਰੀਤ ਕੌਰ ਉਹ ਵੀ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਨੇ, ਹਰ ਇੱਕ ਸਾਡੀ ਪ੍ਰੋਬਲਮ ਐਜ਼ ਏ ਫੈਮਿਲੀ ਦੀ ਤਰ੍ਹਾਂ ਸੋਲਵ ਕਰਦੇ ਨੇ। ਕਿਸੇ ਵੀ ਸਟੂਡੈਂਟ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਸਾਰੇ ਟੀਚਰ ਰਲ ਮਿਲ ਕੇ ਉਹਨਾਂ ਦਾ ਸਹਿਯੋਗ ਕਰਦੇ, ਬੱਚਿਆਂ ਨੂੰ ਅਸੀਂ ਬਹੁਤ ਕੋਆਪਰੇਟ ਕਰਦੇ ਹਾਂ ਔਰ ਬੱਚੇ ਵੀ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਆ। ਸਾਨੂੰ ਮਾਣ ਹੈ ਅਸੀਂ ਇਸ ਕਾਲਜ 'ਤੇ, ਸਾਨੂੰ ਬਹੁਤ ਜ਼ਿਆਦਾ ਮਾਣ ਹੈ। ਸਰ ਪਹਿਲੀ ਵਾਰ ਟੀਚਿੰਗ ਪ੍ਰੋਫੈਸ਼ਨ 'ਚ ਆਈ ਹਾਂ ਮੈਂ, ਮੈਨੂੰ ਗੁਰਪ੍ਰੀਤ ਮੈਮ ਦਾ ਅਤੇ ਮੈਨੂੰ ਆਪਣੇ ਟੀਚਰਸ ਦਾ ਕਾਫੀ ਸਹਿਯੋਗ ਮਿਲਿਆ, ਅਤੇ ਇੱਥੇ ਆ ਕੇ ਮੈਂ ਆਪਣੇ ਮਤਲਬ ਸਟੂਡੈਂਟਸ ਨੇ ਵੀ ਵਧੀਆ ਉਹਨਾਂ ਨੇ ਰਿਸਪੋਂਸ ਦਿੱਤਾ, ਅਤੇ ਇੱਧਰ ਦਾ ਇਨਵਾਇਰਮੈਂਟ ਵਾਤਾਵਰਨ ਬਹੁਤ ਅੱਛਾ ਹੈ, ਅਤੇ ਮਤਲਬ ਸਟੂਡੈਂਟਸ ਵੀ ਉਹਨਾਂ ਦੇ ਰਿਸਪੋਂਸੀਬਿਲਟੀ ਦਿੰਦੇ। ਬੋਲਦੇ ਹਾਂ ਜੀ ਇੱਥੇ ਲਾਇਬ੍ਰੇਰੀ ਆ, ਬਹੁਤ ਵਧੀਆ ਹਰ ਇੱਕ ਸਹੂਲਤ ਦਿੱਤੀ ਜਾਂਦੀ ਲਾਇਬ੍ਰੇਰੀ 'ਚ, ਬੱਚਿਆਂ ਨੂੰ ਪੀਰੀਓਡੀਕਲ ਨਿਊਜ਼ ਪੇਪਰ ਵਗੈਰਾ ਸਾਰੇ ਦਿੱਤੇ ਜਾਂਦੇ ਆ, ਹਫ਼ਤੇ ਬਾਅਦ ਉਹਨਾਂ ਦੇ ਆਉਂਦੇ ਆ। ਹਾਂਜੀ, ਮੇਰਾ ਨਾਮ ਹੈਗਾ ਸਲਾਮ ਸਿੰਘ ਜੀ। ਮੇਰਾ ਨਾਮ ਜਪਪ੍ਰੀਤ ਸਿੰਘ ਹੈ ਜੀ। ਅਸੀਂ ਗੁਰੂ ਗੋਬਿੰਦ ਸਿੰਘ ਕਾਲਜ ਤਲਵੰਡੀ ਸਾਬੋ ਦੇ ਸਟੂਡੈਂਟ ਹਾਂ ਜੀ। ਸੋ ਇਸ ਕਾਲਜ ਬਾਰੇ ਗੱਲ ਕਰੀਏ ਤਾਂ ਕਾਲਜ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਗੱਲ ਇਹ ਹੈ ਕਿ ਇੱਥੋਂ ਦਾ ਇਨਵਾਇਰਮੈਂਟ ਸਭ ਤੋਂ ਜ਼ਿਆਦਾ ਵਧੀਆ। ਦੋ ਨੰਬਰ 'ਤੇ ਗੱਲ ਕਰੀਏ ਤਾਂ ਸਟਾਫ ਦੇ ਤੌਰ 'ਤੇ ਗੱਲ ਕਰੀਏ ਤਾਂ ਸਟਾਫ ਬਹੁਤ ਜ਼ਿਆਦਾ ਪੋਲਾਈਟ ਹੈ, ਨੇਚਰ 'ਤੇ ਬਹੁਤ ਜ਼ਿਆਦਾ ਵਧੀਆ ਨੇ। ਹੋਰਾਂ ਕਾਲਜਸ ਦੀ ਮੈਂ ਗੱਲ ਕਰਾਂ ਤਾਂ ਹੋਰਾਂ ਕਾਲਜ ਦੇ ਮੁਕਾਬਲੇ ਬਹੁਤ ਵਧੀਆ ਨੇ, ਇਹ ਗੱਲ ਮੈਂ ਕਲੈਰੀਫਾਈ ਕੀਤੀ ਗੱਲ। ਦੋ ਨੰਬਰ 'ਤੇ ਗੱਲ ਕਰੀਏ ਫੈਸਿਲਿਟੀਜ਼, ਇਹ ਸਭ ਤਰ੍ਹਾਂ ਦੀ ਫੈਸਿਲਿਟੀਜ਼ ਮਿਲਦੀਆਂ ਨੇ। ਸੋ ਇਸ ਦੇ ਨਾਲ ਨਾਲ 11 ਵਿੱਚ ਕਾਲਜ ਮਤਲਬ ਕਿ ਇਹ ਰੈਗੂਲੇਟ ਹੋਇਆ ਸੀ, 11 ਵਿੱਚ BSc ਐਗਰੀਕਲਚਰ, ਸੋ ਇੱਥੇ ਕੋਰਸ ਸ਼ੁਰੂ ਹੋਇਆ। ਇਸ ਤੋਂ ਬਾਅਦ 2012 ਵਿੱਚ BA ਦਾ ਕੋਰਸ ਮਤਲਬ ਬੈਚਲਰ ਆਫ ਆਰਟਸ ਸਟਾਰਟ ਕੀਤਾ ਗਿਆ। ਜਸਪ੍ਰੀਤ ਸਿੰਘ ਜੀ ਫਾਈਨਲ ਈਅਰ ਦਾ ਸਟੂਡੈਂਟ ਹੈ ਇੱਥੇ, ਮੈਨੂੰ 4 ਸਾਲ ਹੋ ਚੁੱਕੇ ਨੇ ਇੱਥੇ, ਅਤੇ ਬਹੁਤ ਵਧੀਆ ਮੈਨੂੰ ਲੱਗਾ ਇੱਥੇ ਕਾਲਜ ਜਾਣ ਕੇ। ਮੈਂ ਹਰਿਆਣਾ ਤੋਂ ਆਈ,
ਪ੍ਰਿੰਸੀਪਲ ਮੈਡਮ ਵੀ ਵਧੀਆ ਨੇ, ਸਾਰੇ ਵਧੀਆ ਸਟਾਫ ਵਧੀਆ ਜੀ, ਵਧੀਆ ਸਟੱਡੀ ਕਰਾਉਂਦੇ ਨੇ, ਵਧੀਆ ਪ੍ਰੈਕਟੀਕਲ ਵਰਕ ਕਰਾਉਂਦੇ ਨੇ, ਬਸ ਸਾਡੇ ਸਾਰਾ ਕਲੀਅਰ ਨੇ ਪੇਪਰ ਨੂੰ, ਵਧੀਆ ਕਰਾਉਂਦੇ, ਹੈਲਪ ਕਰਾਉਂਦੇ ਵਧੀਆ। ਸੋ ਮੋਸਟ ਆਫ ਸਟੂਡੈਂਟਸ ਇਹ ਗੱਲ ਹੁੰਦੀ ਹੈ ਕਿ ਥੋੜ੍ਹੇ ਜਿਹੇ ਵੀਕਨੈਸ ਪੁਆਇੰਟ ਹੁੰਦੀ ਹੈ, ਜਿੱਦਾਂ ਲਾਈਕ ਵੀਕਨੈਸ ਦੇ ਬਾਰੇ ਗੱਲ ਕਰ ਸਕਦੇ ਹਾਂ ਕਿ ਉਹਨਾਂ ਦੇ ਇੰਟਰਨਲ ਤੌਰ 'ਤੇ ਬੁਲਟ ਨਹੀਂ ਹੁੰਦੇ ਚੀਜ਼ਾਂ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅਸੀਂ ਅੱਜ ਪਹੁੰਚ ਚੁੱਕੇ ਹਾਂ ਗੁਰੂ ਗੋਬਿੰਦ ਸਿੰਘ ਐਗਰੀਕਲਚਰ ਦੇ ਫੀਲਡ ਵਿੱਚ। ਸੋ ਇਸ ਫੀਲਡ ਵਿੱਚ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵਧੀਆ ਪ੍ਰੈਕਟੀਕਲ ਤਰੀਕੇ ਨਾਲ ਦਿਖਾਇਆ ਜਾਂਦਾ। ਸੋ ਆਪਾਂ ਦੇਖ ਸਕਦੇ ਹਾਂ ਕਿ ਹਰ ਚੀਜ਼ ਨੂੰ ਡਿਸਟ੍ਰੀਬਿਊਟ ਕੀਤਾ ਜਾਂਦਾ ਕਿ ਕਿੱਦਾਂ ਕਿਸ ਚੀਜ਼ ਫਸਲ ਆਪਾਂ ਗਰੋ ਕਰਨੀ ਹੈ, ਕਰੋਪ ਗਰੋ ਕਰਨੀ ਹੈ। ਸੋ ਉਸ ਦੇ ਨਾਲ ਨਾਲ ਇੰਟਰਕਲਚਰਿੰਗ ਲਾਈਕ ਆਪਾਂ ਜਾਂ ਲਸਣ ਲਾਉਣੇ ਆ, ਓਨੀਅਨ ਲਾਉਣੇ ਆ, ਸੋ ਰੈਡਿਸ਼, ਕੈਰਟ, ਕੋਲੀਫਲਾਵਰ ਵਗੈਰਾ, ਹਰ ਤਰ੍ਹਾਂ ਦੀ ਕਰੋਪਸ ਨੂੰ ਹਰ ਬਹੁਤ ਸੰਜੀਦਗੀ ਤਰੀਕੇ ਨਾਲ ਦਿਖਾਇਆ ਜਾਂਦਾ ਕਿ ਉਸ ਨੂੰ ਕਿੱਦਾਂ ਰੈਗੂਲੇਟ ਕਰਨਾ, ਕਰੋਪਸ ਨੂੰ ਕਿੱਦਾਂ ਸੌਣ ਕਰਨਾ, ਹਾਰਵੈਸਟ ਕਦੋਂ ਕਰਨਾ। ਸੋ ਉਸ ਦੇ ਨਾਲ ਨਾਲ ਪ੍ਰੈਕਟੀਕਲ ਦੇ ਆਪਾਂ ਗੱਲ ਕਰੀਏ, ਸੋ ਹਰ ਚੀਜ਼ ਨੂੰ ਇਨਸੈਕਟ ਪੈਸਟ ਦੇ ਕੰਟਰੋਲ ਨੂੰ ਲਾਈਕ ਜਿੱਦਾਂ ਵੀ ਕੋਈ ਐਕਟੀਵਿਟੀ ਹੁੰਦੀ ਹੈ। ਸੋ ਕਿਉਂ ਫਿਊਚਰ ਵਿੱਚ ਆਪਾਂ ਨੂੰ ਵੀ ਪਰਪਸ ਇਹੀ ਵਰਕ ਹੈ ਕਿ ਵੀ ਅਸੀਂ ਐਗਰੀਕਲਚਰ ਦੇ ਵਿੱਚ ਆਪਾਂ ਗਾਂਹ ਕੀ ਕਰਨਾ। ਸੋ ਪ੍ਰੋਪਰ ਦੇਖਿਆ ਜਾਂਦਾ ਜਿੱਦਾਂ ਕੋਲੀਫਲਾਵਰ ਦੀ ਹੈ, ਕੁਛ ਨਾ ਕੁਛ ਫਸਲ ਦਾ ਜਿੱਦਾਂ ਕਹਿ ਦਈਏ ਮੇਥੇ ਵਗੈਰਾ, ਮੈਂਥਾ ਵਗੈਰਾ। ਸੋ ਹਰ ਚੀਜ਼ ਨੂੰ ਬਹੁਤ ਸੋਹਣੇ ਤਰੀਕੇ ਨਾਲ ਦੱਸਦੇ ਹੋਏ ਹਰ ਚੀਜ਼ ਨੂੰ ਵਿਖਾਇਆ ਜਾਂਦਾ ਕਿ ਕਿੱਦਾਂ ਫਸਲ ਨੂੰ ਰੈਗੂਲੇਟ ਕਰਨ ਦੇ ਨਾਲ ਨਾਲ ਫਸਲ ਦੀ ਪਾਲਣ ਪੋਸ਼ਣ ਕਿੱਦਾਂ ਕਰਨੀ ਹੈ। ਸੋ ਹਰ ਇੱਕ ਚੀਜ਼ ਨੂੰ ਸਮਝਾਉਣਾ, ਪ੍ਰੈਕਟੀਕਲ ਤੌਰ 'ਤੇ ਕਰਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਟੀਚਰਸ ਜੋ ਨੇ, ਜੋ ਪ੍ਰੈਕਟੀਕਲ ਵਰਕ ਹੈ ਇੱਥੋਂ ਦੀ, ਇਹੀ ਸਭ ਤੋਂ ਵੱਡੀ ਗੱਲ ਹੈ ਕਿ ਹਰ ਚੀਜ਼ ਨੂੰ ਬਹੁਤ ਸੋਹਣੇ ਤਰੀਕੇ ਨਾਲ ਦਿਖਾਇਆ ਜਾਂਦਾ ਹੈ। ਸੋ ਇੰਨਾ ਕਹਿੰਦਾ ਹੋਇਆ, ਅਲਵਿਦਾ ਕਹਿੰਦਾ ਹਾਂ ਅਤੇ ਸਤਿ ਸ਼੍ਰੀ ਅਕਾਲ। ਤੁਸੀਂ ਇਸ ਕਾਲਜ ਦੇ ਵਿਦਿਆਰਥੀ ਹੋ, ਕੀ ਕਹਿਣਾ ਚਾਹੋਗੇ ਕਾਲਜ ਬਾਰੇ? ਮੇਰਾ ਨਾਮ ਸੰਦੀਪ ਕੌਰ ਹੈ, ਮੈਂ GGS ਕਾਲਜ ਤਲਵੰਡੀ ਸਾਬੋ ਵਿੱਚ ਪੜ੍ਹਦੀ ਹਾਂ। ਇਸ ਕਾਲਜ ਦਾ ਮਾਹੌਲ ਵਧੀਆ, ਬਹੁਤ ਵਧੀਆ ਹੈ, ਇੱਥੋਂ ਦੀ ਬਿਲਡਿੰਗ ਬਹੁਤ ਸ਼ਾਨਦਾਰ ਹੈ। ਮੈਂ ਹੋਸਟਲ 'ਚ ਰਹਿ ਰਹੀ ਹਾਂ, ਮੈਂ ਫਰੀਦਕੋਟ ਤੋਂ ਬਿਲੋਂਗ ਕਰਦੀ ਹਾਂ। ਮੇਰੇ ਪੇਰੈਂਟਸ ਇਸ ਹੋਸਟਲ ਤੋਂ ਬਹੁਤ ਖੁਸ਼ ਹਨ ਕਿਉਂਕਿ ਇੱਥੋਂ ਦੀ ਵਾਰਡਨ ਮੈਮ ਬਹੁਤ ਕੋਆਪਰੇਟਿਵ ਹਨ, ਇੱਥੋਂ ਦੀ ਮੈਸ ਦਾ ਖਾਣਾ ਵੀ ਬਹੁਤ ਵਧੀਆ ਬਣਦਾ ਹੈ। ਕਿੱਦਾਂ ਦਾ ਐਟਮੋਸਫੀਅਰ ਤੁਹਾਨੂੰ ਇੱਥੇ ਮਿਲ ਰਿਹਾ ਹੋਸਟਲ ਦੇ ਵਿੱਚ? ਅਸੀਂ ਦੇਖ ਰਹੇ ਹਾਂ ਕਿ ਬੜੀ ਈਜ਼ੀ ਹੋ ਕੇ ਬੜਾ ਵਧੀਆ ਵਾਤਾਵਰਨ ਹੈ, ਬੜਾ ਸ਼ਾਂਤ ਵਾਤਾਵਰਨ ਹੈ ਔਰ ਹਰਿਆਵਲ ਹੈ ਔਰ ਪੜ੍ਹਾਈ ਦਾ ਬੜਾ ਵਧੀਆ ਮਾਹੌਲ ਹੈ, ਕੀ ਕਹਿਣਾ? ਇਸ ਕਾਲਜ ਦੇ ਟੀਚਰਸ ਬਹੁਤ ਜ਼ਿਆਦਾ ਕੋਆਪਰੇਟਿਵ ਹੈ, ਸਾਡੀ ਪ੍ਰਿੰਸੀਪਲ ਮੈਮ ਬਹੁਤ ਕੋਆਪਰੇਟਿਵ ਹੈ, ਸਾਡਾ ਹਰ ਲੈਕਚਰ ਬਹੁਤ ਵਧੀਆ ਲੱਗਦਾ, ਹਰ ਸਬਜੈਕਟ ਦੇ ਟੀਚਰਸ ਦੀ ਫੈਸਿਲਿਟੀ ਇੱਥੇ ਪ੍ਰੋਵਾਈਡ ਕੀਤੀ ਜਾਂਦੀ ਹੈ। ਸਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਆ ਅਸੀਂ ਆਪਣੇ ਪ੍ਰਿੰਸੀਪਲ ਕੋਲ ਲੈ ਕੇ ਜਾਂਦੇ ਹਾਂ, ਉਹ ਸਾਡੀ ਹਰ ਪ੍ਰੋਬਲਮ ਨੂੰ ਸੋਲਵ ਕਰਦੇ ਆ। ਅਤੇ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜਾ ਇੱਕ ਨੈਟਵਰਕ ਤੁਹਾਨੂੰ ਇੱਥੇ ਮਿਲ ਰਿਹਾ, ਕਿਉਂਕਿ ਤੁਸੀਂ ਜਾ ਕੇ ਸਮਾਜ ਦੀ ਸੇਵਾ ਕਰਨੀ ਹੈ ਔਰ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ, ਨਾਲ ਦੂਜੇ ਪਰਿਵਾਰਾਂ ਨੂੰ ਵੀ ਐਸਟੈਬਲਿਸ਼ ਕਰਨਾ, ਕੀ ਸੋਚਦੇ ਹੋ? ਹਾਂਜੀ, ਸਾਨੂੰ ਇੱਥੋਂ ਦੀ ਜਿਵੇਂ ਦੀ ਸਟੱਡੀ ਪ੍ਰੋਵਾਈਡ ਕੀਤੀ ਗਈ ਹੈ, ਸਾਨੂੰ ਪਤਾ ਸਾਡੇ ਅੱਗੇ ਜਾ ਕੇ ਸਾਡਾ ਫਿਊਚਰ ਬਹੁਤ ਬ੍ਰਾਈਟ ਹੋਊਗਾ, ਅਸੀਂ ਅੱਗੇ ਜਾ ਕੇ ਬਹੁਤ ਸਕਸੈਸ ਹਾਸਿਲ ਕਰਾਂਗੇ, ਜੋ ਅਸੀਂ ਸਿੱਖਿਆ ਸੀ ਬਾਹਰ ਜਾ ਕੇ ਉਹਨੂੰ ਵਧੀਆ ਪ੍ਰਯੋਗ ਕਰਾਂਗੇ। ਗੁੜੇ, ਕੀ ਕਹਿਣਾ ਚਾਹੋਗੇ ਤੁਸੀਂ ਇਸ? ਮੇਰਾ ਨਾਮ ਜਸਪ੍ਰੀਤ ਕੌਰ ਹੈ, ਮੈਂ ਫਰੀਦਕੋਟ ਤੋਂ ਬਿਲੋਂਗ ਕਰਦੀ ਹਾਂ, ਅਸੀਂ ਇੱਥੇ ਹੋਸਟਲ ਵਿੱਚ ਰਹਿੰਦੇ ਹਾਂ। ਇਹ ਹੋਸਟਲ ਦਾ ਮਾਹੌਲ ਬਹੁਤ ਵਧੀਆ, ਇੱਥੇ ਪੂਰੀ ਸਿਕਿਉਰਿਟੀ ਮਿਲਦੀ ਹੈ ਸਾਨੂੰ, ਸਾਨੂੰ ਕਿਸੇ ਵੀ ਗੱਲ ਦੀ ਕੋਈ ਟੈਨਸ਼ਨ ਨਹੀਂ ਹੈ ਇੱਥੇ। ਅਤੇ ਕਾਲਜ ਦਾ ਮਾਹੌਲ ਵੀ ਬਹੁਤ ਵਧੀਆ ਹੈ, ਸਟੂਡੈਂਟਸ ਬਹੁਤ ਕੋਆਪਰੇਟਿਵ ਹੈ, ਟੀਚਰਸ ਵੀ ਬਹੁਤ ਕੋਆਪਰੇਟਿਵ ਨੇ, ਇੱਥੇ ਦੇ ਪ੍ਰਿੰਸੀਪਲ ਵੀ ਬਹੁਤ ਵਧੀਆ ਨੇ ਸਾਡੇ, ਬਹੁਤ ਸਪੋਰਟਿਵ ਆ। ਬਹੁਤ ਅੱਛਾ ਮਹਿਸੂਸ ਕਰਦੀ ਹਾਂ, ਮੇਰਾ ਨਾਮ ਅਨਾਮਿਕਾ ਹੈ, ਮੈਂ ਰਾਜਸਥਾਨ ਤੋਂ ਆਈ ਹਾਂ ਇੱਥੇ। ਮੈਨੂੰ ਇੱਥੇ ਸਾਰਾ ਇੱਕ ਵਾਰੀ ਬਹੁਤ ਅਜੀਬ ਲੱਗਿਆ, ਪਰ ਇੱਥੋਂ ਦਾ ਮਾਹੌਲ ਦੇਖ ਕੇ ਬਹੁਤ ਵਧੀਆ ਐਡਜਸਟ ਕੀਤਾ, ਅਤੇ ਮੈਡਮਾਂ ਨੇ ਵੀ ਬਹੁਤ ਵਧੀਆ ਮੈਨੂੰ ਟ੍ਰੀਟ ਕੀਤਾ, ਇੱਕ ਬੱਚੇ ਵਾਂਗੂੰ ਰੱਖਿਆ। ਅਤੇ ਹੋਸਟਲ 'ਤੇ ਵੀ ਕੁੜੀਆਂ ਵੀ ਜਿਹੜੀਆਂ ਹੈਗੀਆਂ ਉਹਨਾਂ ਨੇ ਬਹੁਤ ਵਧੀਆ, ਸੀਨੀਅਰ ਹੋਣ ਦੇ ਨਾਤੇ ਵਧੀਆ ਬੜੀ ਦੀਦੀ ਵਾਂਗੂੰ ਮੈਨੂੰ ਰੱਖਿਆ। ਅਤੇ ਇੱਥੇ ਦੇ ਸੀਨੀਅਰਸ ਬੋਇਜ਼ ਵੀ ਬਹੁਤ ਵਧੀਆ, ਇੱਥੋਂ ਦੇ ਬੱਚੇ ਵੀ, ਟੀਚਰਸ ਵੀ, ਅਤੇ ਪ੍ਰਿੰਸੀਪਲ ਮੈਡਮ ਨੇ ਵੀ ਮੇਰਾ ਬਹੁਤ ਵਧੀਆ। ਡਿਫਰੈਂਟ ਹੁੰਦਾ, ਨਰਮਾਈਂਡਡ ਜ਼ਿਆਦਾ ਹੁੰਦੇ ਆ, ਉਹਨਾਂ ਨੂੰ ਖੁਸ਼ੀ ਹੋਈ ਕਿ ਇੱਥੇ ਪੱਤਾ ਵੀ ਨਹੀਂ ਹਿੱਲ ਸਕਦਾ ਇਸ ਕਾਲਜ ਦੇ ਵਿੱਚ ਔਰ ਇੰਨੀ ਸਿਕਿਉਰਿਟੀ ਹੈ, ਇੰਨੇ ਵਧੀਆ ਤਰੀਕੇ ਦੇ ਨਾਲ ਸਾਨੂੰ, ਮਤਲਬ ਤੁਹਾਨੂੰ, ਕਿਉਂਕਿ ਜਦੋਂ ਤੁਸੀਂ ਸ਼ਾਮ ਨੂੰ ਵੀ ਹੈ, ਲੇਟ ਨਹੀਂ ਤੁਸੀਂ ਆ ਸਕਦੇ ਔਰ ਇਸ ਕਾਲਜ ਨੇ ਬੜੇ ਵੈਲਿਊਜ਼ ਦੇ ਨਾਲ ਕਰਿਆ। ਸਾਡੇ ਪੇਰੈਂਟਸ ਜਦੋਂ ਵੀ ਇੱਥੇ ਦਾ ਦੇਖ ਕੇ ਗਏ ਹੋਸਟਲ ਦਾ ਮਾਹੌਲ, ਉਹਨਾਂ ਨੂੰ ਬਹੁਤ ਵਧੀਆ ਲੱਗਿਆ ਕਿ ਬੱਚਾ ਬਾਹਰ ਜਾਂਦਾ ਤਾਂ ਉਹਦੀ ਐਂਟਰੀ ਪਾਉਂਦੇ ਆ, ਅੰਦਰ ਆਉਂਦਾ ਤਾਂ ਉਹਦੀ ਐਂਟਰੀ ਪਾਉਂਦੇ ਆ, ਪੂਰਾ ਮਤਲਬ ਕਿ ਇੱਕ ਪੂਰੀ ਰਿਸਪੋਂਸਿਬਿਲਿਟੀ ਦੇ ਨਾਲ ਇੱਥੇ ਬੱਚਿਆਂ ਨੂੰ ਰੱਖਦੇ ਆ। ਉਹਨਾਂ ਨੂੰ ਬਹੁਤ ਵਧੀਆ ਲੱਗਿਆ, ਹੁਣ ਵੀ ਉਹ ਅੱਛਾ ਫੀਲ ਕਰਦੇ ਆ ਕਿ ਮੇਰੀ ਕੁੜੀ ਉੱਥੇ ਪੜ੍ਹਦੀ ਹੈ ਅਤੇ ਬਹੁਤ ਅੱਛਾ ਰਹਿ ਰਹੀ ਹੈ, ਉੱਥੋਂ ਦਾ ਮਾਹੌਲ ਵੀ ਬਹੁਤ ਅੱਛਾ ਲੱਗ ਰਿਹਾ। ਮੈਂ GGS ਕਾਲਜ ਵਿੱਚ ਪੜ੍ਹਦੀ ਹਾਂ, ਇੱਧਰ ਦੇ ਟੀਚਰ, ਪ੍ਰਿੰਸੀਪਲ ਮੈਮ ਸਾਰੇ ਬਹੁਤ ਵਧੀਆ ਨੇ, ਬਹੁਤ ਕੋਆਪਰੇਟ ਕਰਦੇ ਆ, ਸਾਰੇ ਟੀਚਰ ਬਹੁਤ ਵਧੀਆ ਸਟੱਡੀ ਕਰਾਉਂਦੇ ਆ, ਅਤੇ ਹੋਸਟਲ ਦਾ ਮਾਹੌਲ ਵੀ ਬਹੁਤ ਵਧੀਆ, ਅਤੇ ਖਾਣਾ ਖੁਣਾ ਵਗੈਰਾ ਵੀ ਬਹੁਤ ਵਧੀਆ ਮਿਲਦਾ, ਅਤੇ ਇੱਧਰ ਦਾ ਇਨਵਾਇਰਮੈਂਟ ਵੀ ਬਹੁਤ ਵਧੀਆ। ਸਾਡੇ ਪੇਰੈਂਟਸ ਨੂੰ ਵੀ ਕੋਈ ਇਹੋ ਜਿਹਾ ਕੋਈ ਪ੍ਰੋਬਲਮ ਨਹੀਂ ਹੈ, ਉਹ ਪੂਰੇ ਵਧੀਆ। ਤੁਸੀਂ ਕਿੱਥੋਂ ਬਿਲੋਂਗ ਕਿੱਥੋਂ ਕਰਦੇ ਹੋ? ਸਰ ਮੈਂ ਹਰਿਆਣਾ 'ਚ ਬਿਲੋਂਗ ਕਰਦੀ ਹਾਂ। ਇੰਨੀ ਦੂਰ ਤੋਂ
ਸਾਡੇ ਹਰਿਆਣਾ 'ਚ ਸਰ ਬੀ ਐੱਸ ਸੀ ਦੇ ਕੋਲਜ ਬਹੁਤ ਕੰਮ ਸੀ ਅਤੇ ਇੱਧਰ ਆ ਕੇ ਆਹ ਕੋਲਜ ਬਹੁਤ ਵਧੀਆ ਲੱਗਿਆ ਅਤੇ ਬਹੁਤ ਵਧੀਆ ਸਟੱਡੀ ਹੁੰਦੀ ਹੈ ਸਰ। ਗੁਰੂ ਗੋਬਿੰਦ ਸਿੰਘ ਕੋਲਜ 'ਚ ਬਹੁਤ ਵਧੀਆ ਲਾਇਬ੍ਰੇਰੀ ਹੈ, ਬੱਚਿਆਂ ਦੇ ਸਬਜੈਕਟ ਨਾਲ ਰਿਲੇਟਡ ਹਰ ਮਟੀਰੀਅਲ ਹੈ, ਟੀਚਰਸ ਵਾਸਤੇ ਵੀ ਬਹੁਤ ਵਧੀਆ ਲਾਇਬ੍ਰੇਰੀ ਵਾਸਤੇ। ਇੱਥੇ ਡੇਲੀ ਨਿਊਜ਼ ਪੇਪਰ ਵਗੈਰਾ ਆਉਂਦੇ ਆ, ਹਰ ਵੀਕਲੀ ਮੈਗਜ਼ੀਨ ਵਗੈਰਾ ਆਉਂਦੇ ਆ, ਸਾਰੇ ਮਤਲਬ ਟੀਚਰ ਬਹੁਤ ਹੀ ਵਧੀਆ ਨੇ, ਕੋਆਪਰੇਟਿਵ ਨੇ, ਪ੍ਰਿੰਸੀਪਲ ਮੈਡਮ ਵੀ ਬਹੁਤ ਵਧੀਆ ਨੇ, ਸਾਡਾ ਕੋਲਜ ਬਹੁਤ ਵਧੀਆ।